ਗੱਲਾਂ ਕਰੂਗੀ ਜਿਹਦਾ ਕਦੇ ਸੋਚਿਆ ਹੀ ਨਹੀਂ। ਦਿੱਲੀ ਅੱਜ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਕਰਦੀ ਹੈ। ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਕਿ ਟਿਕਟਾਂ ਵੇਚਦੇ ਆ, ਕਰੋੜਾਂ ਰੁਪਏ ਇਕੱਠੇ ਕਰਦੇ ਆ। ਸਤਿਆਜੀਤ ਸਿੰਘ ਮਜੀਠਾ ਮੈਂ ਅਸੀਂ ਇਕੱਠੇ ਪੜ੍ਹਦੇ ਸੀ, ਔਰ ਆਹ ਜਿਹੜਾ ਬਾਂਦਰ ਜਿਹਾ ਹੈ ਪਤਾ ਨਹੀਂ ਕਿੱਧਰੋਂ ਜੰਮਿਆ ਹੈ। ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ, ਤੋ ਬਾਂਦਰ ਨੂੰ ਬਾਂਦਰ ਨਾ ਕਹਾਂ ਤਾਂ ਮੈਂ ਕੀ ਕਹਾਂ। 6 ਮਹੀਨੇ ਰਹਿ ਗਏ ਉਨਕੀ ਸਰਕਾਰ ਕੋ, 6 ਮਹੀਨੇ ਮੈਂ ਮੇਰੇ ਕੋ ਗ੍ਰਿਫਤਾਰ ਕਰ ਲੇ, ਔਰ ਨਹੀਂ ਤੋ 6 ਮਹੀਨੇ ਕੇ ਬਾਅਦ ਮੈਂ ਮਜੀਠੀਆ ਕੋ ਗ੍ਰਿਫਤਾਰ। ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਵਿੱਚ ਸਵਾਗਤ। ਸਾਡੀ ਗੱਲਬਾਤ ਚੱਲ ਰਹੀ ਸੀ ਪਿਛਲੇ ਐਪੀਸੋਡ ਵਿੱਚ ਸਿਮਰਜੀਤ ਸਿੰਘ ਮੈਸ ਨਾਲ, ਜਿਨ੍ਹਾਂ ਦੀ ਲੋਕ ਇਨਸਾਫ ਪਾਰਟੀ ਨੇ ਗੱਠਜੋੜ ਕੀਤਾ ਹੈ ਆਮ ਆਦਮੀ ਪਾਰਟੀ ਦੇ ਨਾਲ, ਜਿਸ ਨਾਲ ਪੰਜਾਬ ਦੇ ਸਿਆਸੀ ਹਾਲਾਤ ਕੁਛ ਬਦਲਦੇ ਨਜ਼ਰ ਆ ਰਹੇ ਨੇ। ਉਸੇ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ ਅਤੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿਮਰਜੀਤ ਸਿੰਘ ਮੈਸ ਸਾਹਿਬ ਦਾ। ਮੈਂ ਸਭ, ਤੁਸੀਂ ਹੁਣ ਮੌਜੂਦਾ ਸਮੇਂ ਜਿਸ ਤਰ੍ਹਾਂ ਅਕਾਲੀ ਦਲ ਦੇ ਖਿਲਾਫ਼ ਬੋਲਦੇ ਹੋ, ਜਦੋਂ ਤੋਂ ਤੁਸੀਂ ਪਾਰਟੀ ਤੋਂ ਬਾਹਰ ਆਏ ਹੋ, ਪਹਿਲਾਂ ਪਾਰਟੀ ਦੇ ਵਿੱਚ ਗਏ, ਫਿਰ ਬਾਹਰ ਆਏ, ਫਿਰ ਪਾਰਟੀ ਦੇ ਵਿੱਚ। ਮੈਂ ਨਾ ਆਪਣੇ ਜੀਵਨ ਦੀ, ਸੋਰੀ, ਤੁਸੀਂ ਵਧੀਆ ਸਵਾਲ ਪੁੱਛ ਲਿਆ, ਮੈਂ ਇੱਕ ਬਲੰਡਰ ਆ ਯਾਰ ਮੇਰੀ ਉਹ ਜੀ। ਮੈਂ ਬ੍ਰਦਰ ਦੇ ਮਾਫ਼ੀ ਮੰਗੀ ਆ, ਸੈਂਕੜੇ ਨਹੀਂ ਹਜ਼ਾਰਾਂ ਵਾਰ ਮਾਫ਼ੀ ਮੰਗੀ ਆ ਕਿ ਮੇਰੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਭੁੱਲ ਸੀ। ਲੋਕਾਂ ਨੇ ਦੁਨੀਆ ਦਾ ਇਤਿਹਾਸ ਬਣਾ ਤਾ ਇੱਕ ਪਰਿਵਾਰ ਦੇ ਵਿੱਚੋਂ, ਦੋ ਸਕੇ ਭਾਈ। ਮੈਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੂੰ ਪੁੱਛਿਆ ਮੇਲ ਪਾਈ ਵੀ ਯਾਰ ਇੱਦਾਂ ਦਾ ਇਤਿਹਾਸ ਤੁਹਾਡੇ ਰਿਕਾਰਡ 'ਤੇ ਹੈ, ਕਹਿੰਦੇ ਨਹੀਂ ਹੈਗਾ ਜੀ। ਲੋਕਾਂ ਨੇ ਇੱਕ ਇਤਿਹਾਸ ਬਣਾ ਤਾ ਅਤੇ ਮੈਂ ਕਹਾਂਗੀ ਮੱਤ ਮਰ ਗਈ, ਪਰਦਾ ਪੈ ਗਿਆ ਮੱਤ ਦੇ ਉੱਤੇ। ਮੈਂ ਬਲੰਡਰ ਕਰ ਗਿਆ ਕਿ ਬਾਦਲਾਂ ਦੀ 18 ਮਹੀਨੇ ਦੀ ਜਿਹੜੀ ਮੈਂਬਰ ਐਸੋਸੀਏਸ਼ਨ ਲਈ ਹੈ, ਮੇਰੀ ਲਾਈਫ ਦਾ ਇੱਕ ਬਲੈਕ ਸਪੋਟ ਆ। ਮੌਜੂਦਾ ਸਮੇਂ 'ਚ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ, ਨਸ਼ੇ ਦੀ ਸਮੱਸਿਆ ਵੱਡੀ, ਹਾਲਾਂਕਿ ਮੌਜੂਦਾ ਸਰਕਾਰ ਜਿਹੜੀ ਉਹ ਕਹਿ ਰਹੀ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਵੱਡੀ ਕੋਸ਼ਿਸ਼ ਹੈ। ਤੁਸੀਂ ਇੱਕ ਵੱਡੇ ਸਨਅਤੀ ਸ਼ਹਿਰ ਦੇ ਵਿੱਚੋਂ ਪੰਜਾਬ ਦਾ ਉਸ ਵਿੱਚ ਬੈਠੇ ਹੋਏ ਹੋ, ਇੱਥੋਂ ਦੇ ਹਾਲਾਤ ਕੀ ਨੇ? ਜੇ ਮੈਂ ਤੁਹਾਡੇ ਹਲਕੇ ਦੀ ਗੱਲ ਕਰਾਂ, ਨਸ਼ਾ ਜਿਹੜਾ ਨਾ, ਇਹ ਲੋਕ ਬੋਲਦੇ ਆ ਕਿ ਪੰਜਾਬ ਨੂੰ ਡੀਫੇਮ ਕਰ ਰਹੇ ਆ, ਬਦਨਾਮ ਕਰ ਰਹੇ ਆ। ਜਿਹੜੇ ਲੋਕਾਂ ਦੇ ਘਰਾਂ ਵਿੱਚ ਚਿਰਾਗ ਬੁਝੇ ਆ ਨਾ, ਮੁੱਲਾਂਪੁਰ ਬੈਲਟ ਦੇ ਵਿੱਚ, ਮੈਂ ਤੁਹਾਨੂੰ ਪਿੰਡਾਂ 'ਚ ਲੈ ਕੇ ਚੱਲਦਾ, ਜਿੱਥੇ ਇੱਕ ਇੱਕ ਪਿੰਡ ਦੇ ਵਿੱਚ 20-25 ਨੌਜਵਾਨਾਂ ਦੀ ਡਿਊਟੀ ਚਿੱਟਾ ਮੌਤ ਹੋਈ ਆ ਜੀ। ਉਹਨਾਂ ਮਾਵਾਂ ਅਤੇ ਭੈਣਾਂ ਦੇ ਬੈਣ ਪੈਂਦੇ ਆ, ਜਿਨ੍ਹਾਂ ਦੇ ਪੁੱਤ ਅਤੇ ਭਰਾ ਨਸ਼ਿਆਂ ਦੇ ਦੈਂਤ ਨੇ ਨਿਕਲਿਆ। ਮੈਂ ਪੰਜਾਬ ਵਿਧਾਨ ਸਭਾ 'ਚ ਕਹਿ ਕੇ ਉਹਨਾਂ, ਜਦੋਂ ਮਜੀਠੀ ਉੱਠਦਾ ਮੈਨੂੰ, ਉਹ ਉੱਠ ਖੜਿਆ, ਚਿੱਟੇ ਦਾ ਵਪਾਰੀ ਉੱਠ ਖੜਿਆ। ਲੋਕਾਂ ਨੇ ਲੋਕ ਗੀਤ ਬਣਾ ਲਏ। ਮੈਂ ਪੰਜਾਬ ਵਿਧਾਨ ਸਭਾ 'ਚ ਬੋਲ ਕੇ ਆਇਆ ਵੀ ਮਜੀਠੀਆ ਚਾਹੁੰਦਾ ਕੀ ਆ ਤੂੰ, ਤੇਰੇ ਉੱਤੇ ਲੋਕਾਂ ਨੇ, ਲੋਕਾਂ ਦੀ ਆਵਾਜ਼ ਜਿਹੜੀ ਹੁੰਦੀ ਆ ਉਹ ਸੱਚਾਈ ਦੀ ਆਵਾਜ਼ ਹੈ ਜੀ, ਉਹ ਖੁਦਾ ਦੀ ਆਵਾਜ਼ ਹੈ। ਲੋਕਾਂ ਨੇ ਥੋੜ੍ਹੇ 'ਤੇ ਲੋਕ ਗੀਤ ਬਣਾ ਤੇ, ਕਿੱਕਲੀ ਕਲੀਰ ਦੀ, ਗੱਪ ਸੁਖਵੀਰ ਦੀ, ਚਿੱਟਾ ਮੇਰੇ ਭਾਈ ਦਾ, ਗਲੀ ਗਲੀ ਬਕਾਈ ਦਾ, ਜਿਹੜੀ ਗਲੀ ਨਾ ਵਿਕੇ ਨਵਾਂ ਏਜੰਟ ਬਣਾਈ ਦਾ, ਮੰਗੇ ਕੋਈ ਨੌਕਰੀ ਛਿੱਤਰਾਂ ਨਾਲ ਕਟਾਈ ਦਾ ਜੀ, ਦਰਿਆਵਾਂ ਉੱਤੇ ਕਬਜ਼ਾ ਕਰਕੇ ਰੇਤਾ ਸੀਮਿੰਟ ਤੋਂ ਮਹਿੰਗਾ ਵਿਕਾਈ ਦਾ, ਇੱਦੂ ਵੱਡਾ ਕੋਈ ਹੋ ਸਕਦਾ? ਚਿੱਟਾ ਸਾਡਾ ਲਹੂ ਵੇ, ਮੈਂ ਸੁੱਖੇ ਦੀ ਬਹੂ ਵੇ, ਆਹ ਲੋਕਾਂ ਨੇ ਲੋਕ ਗੀਤ ਬਣਾ ਤੇ ਇਹਨਾਂ ਦੇ ਉੱਤੇ। ਲੋਕ ਝੂਠ ਬੋਲਦੇ ਆ, ਇਹ ਤਾਂ ਡੀਫੇਮ ਦੀਆਂ ਗੱਲਾਂ ਕਰਦੇ ਆ। ਲੋਕਾਂ ਨੇ ਕੋਈ ਝੂਠੇ ਹੀ ਇਹ, ਮੈਂ ਕਹਿ ਕੇ ਹਟਿਆ ਕਿ ਚਲੋ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਣਾ ਹਾਲ ਕੀ ਹੈ। ਆ ਫਿਰ ਇਲੈਕਸ਼ਨ ਆ ਗਈ ਅਤੇ ਇਲੈਕਸ਼ਨ ਦੇ ਵਿੱਚ ਚਿੱਟਾ ਫ੍ਰੀ 'ਚ ਸਪਲਾਈ ਕਰਨਾ ਇਹਨਾਂ ਨੇ। ਜਦੋਂ ਆਪਾਂ ਚੋਣ ਮਨੋਰਥ ਪੱਤਰ, ਕਿਉਂਕਿ ਤੁਸੀਂ ਵੱਖਰੀ ਪਾਰਟੀ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਅਤੇ ਹਰੇਕ ਪਾਰਟੀ ਦਾ ਚੋਣ ਮਨੋਰਥ ਪੱਤਰ ਹੁੰਦਾ, ਤੁਹਾਡਾ ਚੋਣ ਮਨੋਰਥ ਪੱਤਰ ਉਹੀ ਰਹੇਗਾ ਜੋ ਆਮ ਆਦਮੀ ਪਾਰਟੀ ਦਾ, ਜਾਂ ਤੁਹਾਡੇ ਵੱਲੋਂ ਇੱਕ ਵੱਖਰਾ ਬਣਾਇਆ ਜਾਏ? ਅਲੱਗ ਚੋਣ ਮਨੋਰਥ ਪੱਤਰ ਜਿਹੜਾ ਬੜਾ ਸਿੰਪਲ, ਗੱਪਾਂ ਤੋਂ ਰਹਿਤ, ਕੋਈ ਉਹਦੇ 'ਚ ਵੱਡੀ ਗੱਲ ਨਹੀਂ ਹੋਏਗੀ। ਜੋ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ, ਉਹਨਾਂ ਦਾ ਇਕੱਲੀਆਂ ਸਮੱਸਿਆਵਾਂ ਦਾ ਜ਼ਿਕਰ ਨਹੀਂ ਕਰਾਂਗੇ ਜੀ, ਉਹਨਾਂ ਦਾ ਸਮਾਧਾਨ, ਸੋਰਸਿਸ ਜੇ ਕੋਈ ਗੱਲ ਕਰਾਂਗੇ ਤਾਂ ਨਾਲ ਉਹਦਾ ਸੋਰਸ ਲਿਖਾਂਗੇ ਵੀ ਇਸ ਗੱਲ ਦਾ ਸੋਰਸ ਕੀ ਹੈ, ਇਹਨੂੰ ਪੂਰਾ ਕਰਨ ਵਾਸਤੇ ਜੀ, ਇਸ ਗੱਲ ਦਾ, ਇਸ ਸਮੱਸਿਆ ਦਾ ਹੱਲ ਕੀ ਹੈ। ਚੋਣ ਮਨੋਰਥ ਪੱਤਰ, ਪੋਲੀਟੀਕਲ ਪਾਰਟੀਆਂ ਬਹੁਤ ਵੱਡੇ ਵੱਡੇ ਪਹਾੜ, ਜਿਹੜੇ ਗਪੌੜ ਛੱਡਦੀਆਂ ਨੇ, ਗਪੌੜ ਨਹੀਂ, ਜ਼ਮੀਨੀ ਹਕੀਕਤ ਦੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਕੀ ਹੈ, ਉਹ ਹੋਏਗਾ ਵਿਜ਼ਨ। ਇਸੇ ਤਰ੍ਹਾਂ ਦੇ ਵਿਜ਼ਨ ਆਮ ਆਦਮੀ ਪਾਰਟੀ ਵੀ ਦਾਅਵਾ ਕਰਦੀ ਹੈ, ਜਿਵੇਂ ਉਹਨਾਂ ਕਿਸਾਨਾਂ ਵਾਸਤੇ ਚੋਣ ਮਨੋਰਥ ਪੱਤਰ ਜਾਰੀ ਕੀਤਾ, ਉਸ ਵਿੱਚ ਜੇ ਇੱਕ ਪੁਆਇੰਟ ਨੂੰ ਲਿਆ ਜਾਵੇ, ਖਾਸ ਕਰਕੇ ਸਵਾਮੀਨਾਥਨ ਦੀ ਰਿਪੋਰਟ, ਉਹ ਕੇਂਦਰ ਨੇ ਲਾਗੂ ਕਰਨੀ ਹੈ, ਫਿਰ ਪੰਜਾਬ ਵਿੱਚ ਜਿੱਤ ਕੇ ਕੇਂਦਰ ਕੋਲੋਂ ਕਿਵੇਂ ਪਾਸ ਕਰਵਾ ਸਕਦੇ ਜਦਕਿ ਬਾਕੀ ਸੂਬੇ ਦੇ? ਇਹ ਬੇਈਮਾਨੀ ਤਾਂ ਕੇਂਦਰ ਦੀ ਰਗ ਰਗ ਦੇ ਵਿੱਚ ਭਰੀ ਹੋਈ ਆ। ਪੰਜਾਬ ਖੇਤੀ ਪ੍ਰਧਾਨ ਸੂਬਾ ਜੀ, ਅਤੇ ਬਾਦਲ ਕਿੰਨੀ ਦੇਰ ਪਾਰਟਨਰ ਰਿਹਾ,
ਕਾਂਗਰਸ ਵਾਲਿਆਂ ਦਾ ਕਿੰਨੀ ਦੇਰ ਪੰਜਾਬ ਅਤੇ ਕੇਂਦਰ ਦੇ ਉੱਤੇ ਕਿਸੇ ਨੇ ਨਹੀਂ ਲਾਗੂ ਕਰਾਇਆ। ਮੈਂ ਗੱਲ ਕਹਾਂਗਾ ਕਿ 100 ਗਜ਼ ਰੱਸਾ ਸਿਰੇ 'ਤੇ ਗੰਢ ਜੀ, ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਦਵਾ, ਉਹ ਆ ਜਿਹੜਾ ਪੰਜਾਬ ਦੇ ਪਾਣੀਆਂ ਦੀ ਕੀਮਤ ਦੀ ਰਿਕਵਰੀ, 16 ਲੱਖ ਕਰੋੜ, ਅਤੇ ਅੱਜ ਪੰਜਾਬ ਦੇ ਸਿਰ ਕਰਜ਼ਾ ਕਿੰਨਾ, 3 ਲੱਖ ਕਰੋੜ ਦਾ। ਕਿਸਾਨ ਦੇ ਸਿਰ ਕਰਜ਼ਾ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦਾ ਅਤੇ ਆੜ੍ਹਤੀਆਂ ਦਾ ਤਕਰੀਬਨ 1 ਲੱਖ ਕਰੋੜ। 16 ਲੱਖ ਕਰੋੜ 'ਚੋਂ ਜੇ 4 ਲੱਖ ਕਰੋੜ ਮਾਈਨਸ ਕਰ ਦਈਏ ਤਾਂ 12 ਲੱਖ ਕਰੋੜ ਰੁਪਈਆ ਸਾਡੇ ਕੋਲ ਫਿਰ ਬਚਦਾ ਖਜ਼ਾਨੇ ਦੇ ਵਿੱਚ ਜੀ। ਉਹਦੇ ਵਿਆਜ ਨਾਲ ਤੇਜ਼ਾ ਜੀ, ਅਸੀਂ ਨਾ ਜਿਹੜਾ 15 ਲੱਖ 16 ਲੱਖ ਬੇਰੁਜ਼ਗਾਰਾਂ ਦੀ ਪੰਜਾਬ ਦੇ ਵਿੱਚ ਫੌਜ ਹੈ, 10,000 ਰੁਪਈਆ ਪ੍ਰਤੀ ਮਹੀਨਾ ਅਸੀਂ ਬੇਰੁਜ਼ਗਾਰੀ ਭੱਤਾ ਦੇ ਸਕਦੇ ਹਾਂ ਸਿਰਫ ਉਹਦੇ ਉਸ ਰਕਮ ਦੇ ਵਿਆਜ ਨਾਲ। ਸੋ ਇਹ ਅਸਲ ਦੇ ਵਿੱਚ ਕਿਸਾਨੀ ਨੂੰ ਪ੍ਰਮੋਸ਼ਨ ਦੇਣ ਵਾਸਤੇ ਸਾਨੂੰ ਕੰਕਰੀਟ ਤੌਰ 'ਤੇ ਪਹਿਰੇਦਾਰੀ ਦੀ ਜ਼ਰੂਰਤ ਹੈ। ਸੋਰਸ ਸਾਨੂੰ ਕੁਦਰਤ ਨੇ ਬਹੁਤ ਅਜ਼ੀਮ ਦਿੱਤਾ ਹੋਇਆ, ਪਰ ਉਹਦੀ ਲੁੱਟ ਬੰਦ ਹੋ ਜਾਏ ਨਾ। ਅਕਾਲੀ ਦਲ ਵੱਲੋਂ ਹਮੇਸ਼ਾ ਇਹ ਕੀਤਾ ਜਾਂਦਾ ਕਿ ਜਦੋਂ ਚੋਣਾਂ ਹੁੰਦੀਆਂ, ਚੋਣਾਂ ਤੋਂ 1 ਸਾਲ ਪਹਿਲਾਂ ਧਰਮ ਦੇ ਨਾਂ ਦਾ ਇੱਕ ਪੱਤਾ ਖੇਡਿਆ ਜਾਂਦਾ, ਜੋ ਇਸ ਵਾਰ ਵੀ ਖੇਡਿਆ ਗਿਆ। ਯਾਤਰਾਵਾਂ ਕਰਵਾਈਆਂ ਗਈਆਂ ਨੇ, ਤੀਰਥ ਯਾਤਰਾਵਾਂ ਕਰਵਾਈਆਂ ਗਈਆਂ, ਯਾਦਗਾਰਾਂ ਉਸਾਰੀਆਂ ਗਈਆਂ, ਅਤੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਉੱਪਰ ਪ੍ਰਭਾਵ ਪਾਉਂਦੀਆਂ। ਕਾਂਠ ਕੀ ਹਾਂਡੀ ਇੱਕ ਵਾਰ ਚੜ੍ਹਦੀ ਹੈ ਵਾਰ ਵਾਰ ਨਹੀਂ, ਹਿੰਦੀ ਦਾ ਇਹ ਕਹਾਣ ਹੈਗਾ ਜੀ। ਇੱਕ ਵਾਰੀ ਕਿਸੇ ਨੂੰ ਆਪਣਾ ਸਬਜ਼ ਬਾਗ ਦਿਖਾ ਕੇ ਐਤਕੀ ਦਾ ਟੱਸੂ ਲੱਗ ਗਿਆ ਇਹਨਾਂ ਦਾ, ਵੀ ਵਾਰ ਵਾਰ ਨਹੀਂ, ਧੋਖਾ ਧੜੀ, ਇਹ ਜੋ ਮਰਜ਼ੀ ਕਰ ਲੈਣ, ਸੜਕਾਂ 'ਤੇ ਸੋਨੇ ਦੀਆਂ ਮੇਖਾਂ ਲਵਾ ਲੈਣ, ਇਹ ਜੋ ਮਰਜ਼ੀ ਕਰੀ ਜਾਣ, ਲੋਕ ਮਨ ਬਣਾ ਚੁੱਕੇ ਆ। ਇਹ ਸਕੂਟਰ ਪਾਰਟੀ ਸੁਣਿਆ ਨਾ, ਦਿੱਲੀ ਦੇ ਵਿੱਚ BJP ਵਾਲਿਆਂ ਦੀ ਸਕੂਟਰ ਪਾਰਟੀ ਰਹਿ ਗਈ ਸਿੰਗਲ ਡਿਜਿਟ, ਮਤਲਬ 3 ਮੇਰਾ ਖਿਆਲ MLA ਅਸੈਂਬਲੀ ਦੇ ਵਿੱਚ, ਬਾਦਲਾਂ ਦਾ ਹਸ਼ਰ ਉਹ ਹੋਣਾ, ਮੇਰੇ ਕੋਲ ਲਿਖਾ ਕੇ ਲੈ ਲਓ ਤੁਸੀਂ ਇਹ ਗੱਲ। ਪਰ ਉਹ ਤਾਂ ਬਹੁਤ ਕੌਨਫੀਡੈਂਟ ਨੇ, ਵੀ ਅਸੀਂ 4th ਨੰਬਰ 'ਤੇ ਤੁਹਾਨੂੰ ਰੱਖ ਰਹੇ ਹਾਂ ਕੌਨਫੀਡੈਂਟ। ਮੈਂ ਕਿਹਾ ਜੀ ਉਹ ਸਾਨੂੰ 4th ਦੇ ਬਿਨਾਂ ਰੱਖਣ ਜੀ, ਫੈਸਲਾ ਸੰਗਤ ਨੇ ਕਰਨਾ। ਅਤੇ ਮੈਂ ਵਾਰ ਵਾਰ ਕਹਿੰਦਾ ਕਿ ਸੰਗਤ ਦਾ ਫੈਸਲਾ ਜਿਹੜਾ ਉਹ ਰੱਬ ਦੀ ਆਵਾਜ਼, ਵਾਹਿਗੁਰੂ ਦੀ ਆਵਾਜ਼ ਹੈ। ਤੁਸੀਂ ਦੇਖਦੇ ਜਾਓ, ਲੋਕਾਂ ਨੇ ਇਸ ਵਾਰ ਇੱਕ ਹਿਸਟਰੀ ਲਿਖਣੀ ਆ ਜਿਹੜੀ ਗੋਲਡਨ ਅੱਖਰਾਂ ਦੇ ਵਿੱਚ ਦਰਜ ਹੋਣੀ ਆ। ਪੰਜਾਬ ਦੇ ਰਾਜਨੀਤੀ ਦੇ ਵਿੱਚ, ਖਾਸ ਕਰਕੇ ਚੋਣਾਂ ਦੇ ਦਿਨਾਂ ਦੇ ਦੌਰਾਨ, ਪੈਸੇ ਅਤੇ ਨਸ਼ੇ ਦੀ ਵਰਤੋਂ ਆਮ ਹੁੰਦੀ ਹੈ ਸਿਆਸੀ ਪਾਰਟੀਆਂ ਵੱਲੋਂ, ਅਤੇ ਉਹ ਵੀ ਪ੍ਰਭਾਵਿਤ ਕਰਦੀ ਹੈ। ਕਿਸ ਤਰ੍ਹਾਂ ਰੋਕ ਪਾਓਗੇ ਉਸ ਚੀਜ਼ ਨੂੰ? ਜਦੋਂ ਲੋਕਾਂ ਦੀ ਗੱਲ ਇੱਥੇ ਆ ਜਾਏ ਨਾ, ਅਤੇ ਫਿਰ ਇਹ ਜਿਹੜੇ ਦੁਨਿਆਵੀ ਲਾਲਚ ਹੈ, ਇਹ ਕੁਛ ਵੀ ਨਹੀਂ। ਸ਼ੀਲਾ ਦੀਕਸ਼ਿਤ, ਹੁੱਡਾ, ਵੱਡੀਆਂ ਉਦਾਹਰਨਾਂ ਨੇ ਤੁਹਾਡੇ ਸਾਹਮਣੇ ਲੋਕਾਂ ਨੇ ਕੀ ਹਾਲ ਹਸ਼ਰ ਕੀਤਾ। ਹੁੱਡਾ ਜੀ ਨੇ ਹਰਿਆਣੇ ਦੇ ਵਿੱਚ ਮੇਰਾ ਖਿਆਲ ਬਾਹ ਜਹਾਨ ਦੀ ਲਾ ਲਈ, ਅਤੇ ਸ਼ੀਲਾ ਦੀਕਸ਼ਿਤ ਨੇ ਕੀ ਕੁਛ ਕੀਤਾ, ਹਸ਼ਰ ਕੀ ਹੋਇਆ? ਤੁਹਾਡੀਆਂ ਪ੍ਰਾਇਓਰਟੀਜ਼ ਕੀ ਹੋਣਗੀਆਂ ਜੇ ਸੱਤਾ ਵਿੱਚ ਤੁਹਾਡਾ ਗੱਠਜੋੜ ਆ ਜਾਂਦਾ? ਤੇ ਬ੍ਰਦਰ, ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਸਿਸਟਮ ਡੀਰੇਲ ਹੋਇਆ ਨਾ, ਕੰਗਾਲੀ ਦਾ ਆਲਮ ਹੈ, ਨਸ਼ਿਆਂ ਦਾ ਆਲਮ ਹੈ, ਅਤੇ ਜਿਹੜੀ ਬੇਰੁਜ਼ਗਾਰੀ ਪੰਜਾਬ ਦੇ ਅੰਦਰ ਜੀ, ਇਹ ਪ੍ਰਾਇਓਰਟੀ ਹੈ। ਸਟੱਡੀ ਅਤੇ ਸਿਹਤ, ਸਿੱਖਿਆ ਅਤੇ ਸਿਹਤ। ਗਰੀਬ ਦਾ ਬੱਚਾ ਇੰਟੈਲੀਜੈਂਟ ਆ, ਪਰ ਉਹਦੇ ਕੋਲ ਪੜ੍ਹਾਉਣ ਵਾਸਤੇ, ਹਾਇਰ ਐਜੂਕੇਸ਼ਨ ਵਾਸਤੇ ਪੈਸੇ ਨਹੀਂ ਗੇ। ਗਰੀਬ ਦਾ ਬੱਚਾ ਘਰ ਬੈਠਾ ਜੀ। ਮੈਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਵੀ ਜਾਂ ਗਰੀਬੀ ਨਾ ਦੇਈਂ ਅਤੇ ਜਾਂ ਬਿਮਾਰੀ ਨਾ ਦੇਈਂ। ਬਿਮਾਰੀ ਤਾਂ ਕਿਸੇ ਨੂੰ ਵੀ ਨਾ ਹੋਵੇ। ਮੈਂ ਗਰੀਬ ਰੁਲਦਾ ਦੇਖਿਆ ਜੀ। ਮੇਰੀ ਆ ਹੋਸਪਿਟਲ ਲੁਧਿਆਣੇ ਦੇ, ਇੰਨੇ ਮੈਂ ਐਜੀਟੇਸ਼ਨਸ ਕਰਦਾ, ਮੇਰੀ ਇਹਨਾਂ ਨਾਲ ਫੋਟੇਸ ਵਾਲਿਆਂ ਨਾਲ, ਦਯਾਨੰਦ ਵਾਲਿਆਂ ਨਾਲ, CMC ਵਾਲਿਆਂ ਨਾਲ, ਅਪੋਲੋ ਹੋਸਪਿਟਲ ਵਾਲਾ, ਮੇਰਾ ਕੀ ਦੱਸੋ ਇਹਨਾਂ ਨਾਲ ਕੋਈ ਜ਼ਮੀਨ ਜਾਇਦਾਦ ਦਾ ਰੌਲਾ? ਸਿਵਲ ਹੋਸਪਿਟਲ ਦੇ ਵਿੱਚ ਇਲਾਜ ਹੈ ਨਹੀਂ, ਜੇ ਕੋਈ ਪੇਸ਼ੈਂਟ ਉੱਥੇ ਚਲਿਆ ਗਿਆ ਅਤੇ ਉਹਨੂੰ ਕਹਿੰਦੇ ਰੱਖ 10 ਲੱਖ ਰੁਪਈਆ, ਅਤੇ ਮੇਰਾ ਉਹਨਾਂ ਨਾਲ ਰੌਲਾ ਕੀ ਹੈ? ਮੈਂ ਨਾ ਵੀ 10 ਲੱਖ ਤਾਂ ਹੈ ਨਹੀਂ, ਅਸੀਂ ਇਕੱਠਾ ਕੀਤਾ, ਲੱਖ 'ਚ ਹੀ ਪੇਸ਼ੈਂਟ ਲੈ ਕੇ ਜਾਵਾਂਗੇ, ਰੌਲਾ ਤਾਂ ਕੁਛ ਨਹੀਂ। ਅਤੇ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਸਿੱਖਿਆ ਅਤੇ ਸਿਹਤ, ਇਹ ਜ਼ਰੂਰਤਾਂ ਨੇ, ਸਹੀ, ਇਹਦੇ 'ਤੇ ਧਿਆਨ ਦੇਣ ਦੀ ਜ਼ਰੂਰਤ ਆ। ਗੁਰੂ ਕਿਰਪਾ ਕਰੇ, ਧਿਆਨ ਨਹੀਂ, ਤੁਹਾਨੂੰ ਕਰਕੇ ਦਿਖਾਵਾਂਗੇ, ਕਰਮੀ ਆ, ਐਕਸਪੀਰੀਅੰਸ ਆ, ਕਰਮੀ ਆ, ਕਰਮ 'ਚ ਯਕੀਨ ਰੱਖਿਆ। ਤੁਹਾਨੂੰ ਤਬਦੀਲੀ ਅਤੇ ਕ੍ਰਾਂਤੀ ਦਾ ਅਸਲ ਲਫਜ਼ ਜ਼ਰੂਰ ਦੱਸਾਂਗੇ ਵੀ ਆਹ ਦੇਖੋ, ਆ ਇਹਨੂੰ ਤਬਦੀਲੀ ਕਹਿੰਦੇ ਆ, ਆਹ ਕ੍ਰਾਂਤੀ ਆ। ਮੈਂ ਸਾਹਿਬ, ਆਪਣੀ ਗੱਲਬਾਤ ਇਸੇ ਤਰ੍ਹਾਂ ਅੱਗੋਂ ਵੀ ਜਾਰੀ ਰਹੇਗੀ। ਹੁਣ ਵਕਤ ਹੋ ਗਿਆ ਇੱਕ ਹੋਰ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ब्रेक तो बाद एक बार फिर तो आप सब का प्राइम इलेक्शन विच स्वागत। साड़ी गलबात जारी है सिमरजीत सिंह बैंस के नाल। एक सवाल जो लोगों के मन में उठता कि हो सकता कि ताड़ी लोक इंसाफ पार्टी मर्ज भी हो जाती आम आदमी पार्टी च, पर उस जी आम आदमी पार्टी की नीति है कि एक परिवार तो दो लोग टिकट नहीं मर्ज मिल सकती दो ये तो हूँ लंघ गया ना जी टाइम। हाँ, क्योंकि जी गुरु साहब ने संगत के जरिए पार बख्शिश की है। मेरी की औकात है भी समय के उस जबर ढाण वाले बेईमान मुख्यमंत्री के टब्बर का मुकाबला कर जा अखबारों के बयान दे देने बड़ी सौखी गल है जी। सामने अखा जी अखा पा के बैठ के गल करनी ना तो ललकार के गल करनी कि वो रहमत संगत के जरिए हुई है। सो ये जड़ा गठजोड़ होया ना, मैं ये भी कहूँगी कुदरत ने कृपा की, कुदरत की कृपा है। आम आदमी पार्टी वालों तुहाडे सामने कुछ शर्त रखी गई? नहीं, कोई शर्त नहीं, नैवर कोई शर्त नहीं। मैनू वो कहते जी तू जाना पैना, मैं वो तुहाडे जां कैंडीडेटां वास्ते नहीं, वो मेरी मॉरल ड्यूटी है पंजाब वास्ते जी। बाहर जान दी ला देंगा, हर हल्के च जावांगा, लोगों को बेनती करांगा, अपील करांगा कि डुले वेरां दा कुछ नहीं बिगड़िया। जिहड़े बंदे हिपनोटीज हो के जां मिसगाइड कर ले दूजे तीजे लोगों ने बरगड़ाले कहांगा, मिसलीड करता उन्होंने, जिहड़े आम आदमी पार्टी के वलंटियर गए उन्होंने भी वापस लिया के आम आदमी पार्टी नूं यार बैठो इत्थे। पहला निशाना साडा मच्छी नहीं जी, पहला निशाना मच्छी की अख है, पहला निशाना बादल ते कैप्टन मुक्त पंजाब, ये साडा निशाना। पर इस निशाने नूं पाउण वास्ते अड़चणां भी बहुत सारियां आउण वालियां तुहाडे रस्ते दे विच, तुहानूं ही पता है क्योंकि पंजाब की सियासत हमेशा इस तरह की रही है। अखीरले दिनां विच बहुत सारियां खेडां खेडियां भी जांदियां ने ते उसकी संभावना हुण भी नज़र आ रही है। सामने जदों खिडारी दूसरा भी चंगा बॉलर होवे ते इधर बैटिंग कई बार औखी हो जाती है, उस स्थिति नाल निपटण वास्ते उधरले बॉलर ने ना वह फिक्सड ने जी, वो फिक्स काम है उन्होंने भी, इतने तेरा कैंडीडेट मजबूत है, इतने साडा हलका, इतने साडा हलका तो इतने तेरा मजबूत आ, रल मिल के खेड़ खेडते आ, ये जो मर्जी डिक्के डालन जो मर्जी परेशानियां खड़िया कर देन, काबल दे जम्मियां नूं नित महिमा। जिन्ना सोने की प्योरिटी कदों निकलती जो गठाली च पाते फिर वो प्योरिटी नापी जाती है, भी हुण पूरा जिहड़ा गठाली तपदी है वो सुट दिया तो फिर वो प्योरिटी बनती है। सो ये प्योर लोग ने सारे इकट्ठे हुए। ਤੁਸੀਂ ਜਿਨ੍ਹਾਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨੇ ਆ, ਕੀ ਕੋਈ ਅਜਿਹੀ ਸੀਟ ਵੀ ਹੈ ਜਿੱਥੇ ਆਲਰੇਡੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਹੋਵੇ? ਨਹੀਂ, ਇੱਦਾਂ ਦਾ ਕੁਛ ਨਹੀਂ, ਕਿਸੇ ਦੀ ਟਿਕਟ ਨਹੀਂ ਕੱਟੀ ਜਾ ਰਹੀ? ਨੋ, ਕਿਉਂਕਿ ਸਾਡਾ ਪ੍ਰੋਗਰਾਮ ਤੁਸੀਂ ਪੂਰਾ ਕੈਨੇਡਾ ਅਤੇ ਉਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਬੈਠੇ ਪ੍ਰਵਾਸੀ ਪੰਜਾਬੀ ਜਿਹੜੇ ਆ ਉਹ ਦੇਖ ਰਹੇ, ਉਹਨਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਨੇ ਪੰਜਾਬ ਨਾਲ ਜੁੜੀਆਂ ਹੋਈਆਂ, ਉਹਨਾਂ ਵਾਸਤੇ ਕੁਛ ਪਲੈਨ ਕਰਦੇ ਹੋਏ ਕਿਉਂਕਿ ਸਾਰੇ ਤੁਹਾਨੂੰ ਸੁਣ ਰਹੇ ਆ? ਮੇਰੇ ਕੋਲ ਨਾ ਇੱਦਾਂ ਦੇ ਬਹੁਤ ਸਾਰੇ ਕੇਸ ਹੁੰਦੇ ਆ। ਲੇਟੈਸਟ ਮੇਰੇ ਕੋਲ ਇੱਕ ਸਤਿਕਾਰਯੋਗ ਭੈਣ ਜੀ ਨੇ ਕੈਨੇਡਾ ਤੋਂ, ਅਤੇ ਉਹਨਾਂ ਦਾ ਇੱਥੇ ਇੱਕ ਕੋਠੀ 'ਤੇ ਕਿਸੇ ਨੇ ਕਬਜ਼ਾ ਕਰ ਲਿਆ, ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਭੈਣ ਜੀ ਤੁਸੀਂ ਦੁਆਬੇ ਨੂੰ ਬਿਲੋਂਗ ਕਰਦੇ ਹੋ ਜੀ, ਉਹਨਾਂ ਦਾ ਗੁਰਾਇਆਂ ਤੋਂ ਨਕੋਦਰ ਵੱਲ ਨੂੰ ਜਾਈਏ ਅਤੇ ਉੱਥੇ ਪਿੰਡ ਹੈਗਾ ਜੀ ਉਹਨਾਂ ਦਾ, ਮੈਂ ਭੈਣ ਜੀ ਤੁਸੀਂ ਮੇਰੇ ਕੋਲ ਕਿਵੇਂ ਆ ਗਏ? ਕਹਿੰਦੇ ਮੈਂ ਜਦੋਂ ਜਹਾਜ਼ ਦੇ ਵਿੱਚ ਸੀ ਅਤੇ ਮੈਨੂੰ ਉੱਥੇ ਨਾ ਮੈਂ ਗੱਲ ਸ਼ੇਅਰ ਕੀਤੀ, ਉਹਨਾਂ ਨੇ ਪੁੱਛਿਆ ਵੀ ਤੁਸੀਂ ਇੰਡੀਆ ਕਿਵੇਂ ਚੱਲੇ ਹੋ? ਮੈਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਦਾ ਮੇਰੀ ਲੁਧਿਆਣੇ ਕੋਠੀ ਹੈ ਅਤੇ ਉੱਥੇ ਕਿਸੇ ਨੇ ਕਬਜ਼ਾ ਕਰ ਲਿਆ। ਕਹਿੰਦੀ ਉਹ ਬੰਦੇ ਨੇ ਉਸ ਫੈਮਿਲੀ ਨੇ ਮੈਨੂੰ ਦੱਸਿਆ ਵੀ ਉੱਥੇ ਬੈਂਸ ਆ ਉਹਦੇ ਕੋਲ ਚਲੇ ਜੀ ਜੀ, ਉਹ ਮੇਰੇ ਕੋਲ ਹੈ, ਕਰਦਾ ਤਾਂ ਉਹੀ ਆ, ਮੈਂ ਨਹੀਂ ਕਹਿੰਦਾ ਕਿ ਮੈਂ ਈਗੋਇਸਟਿਕ ਹਾਂ, ਮੈਂ ਕੀਤਾ ਨਹੀਂ, ਗੁਰੂ ਦੀ ਕਿਰਪਾ ਜ਼ਰੀਆ ਜ਼ਰੂਰ ਮੈਨੂੰ ਬਣਾ ਦਿੰਦਾ। ਐੱਨ ਆਰ ਆਈ ਵੀਰਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਇਸੇ ਤਰ੍ਹਾਂ ਨੇ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ, ਅਤੇ ਅੱਜ ਉਹ ਬੀਬੀ ਦੀ ਕੋਠੀ ਵੀ ਬੀਬੀ ਕੋਲ ਆ, ਅਤੇ ਬੀਬੀ ਕਹਿ ਦਾਂ ਕਿ ਉਹ ਸੱਚਾਈ ਦੀ ਪ੍ਰਚਾਰਕ ਬਣ ਗਈ, ਇੱਥੇ ਆ ਕੇ ਦਫ਼ਤਰ ਦਾ ਮਾਹੌਲ ਦੇਖ ਕੇ ਪ੍ਰਚਾਰਕ ਬਣੀ ਹੋਈ ਹੈ ਬਈ, ਬਹੁਤ ਵਧੀਆ। ਸੋ ਐੱਨ ਆਰ ਆਈ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਗ੍ਰਾਸਰੂਟ ਲੈਵਲ 'ਤੇ ਜਿਹੜਾ ਬੰਦਾ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਦਾ ਨਾ ਜੀ, ਦੇਖਦਾ ਅਤੇ ਹੱਲ ਵੀ ਉਹਦੇ ਕੋਲ ਹੀ ਆ। ਏ ਸੀ ਵਾਲੇ ਵੱਡੇ ਵੱਡੇ ਮਹਿਲਨੁਮਾ ਦਫ਼ਤਰਾਂ ਦੇ ਵਿੱਚ ਬੈਠ ਕੇ ਸਮੱਸਿਆਵਾਂ ਦੇ ਹੱਲ ਨਹੀਂ ਹੁੰਦੇ, ਜਿੰਨੀ ਦੇਰ ਤੱਕ ਤੁਸੀਂ ਉਸ ਸਮੱਸਿਆ ਨੂੰ ਚੰਗੀ ਤਰ੍ਹਾਂ ਵਿੱਚ ਦੀ ਲੰਘ ਨਾ ਜਾਓ ਫਿਰ ਪਤਾ ਲੱਗਦਾ ਕਿ ਇਹਦਾ ਹੱਲ ਅਸਲ ਦੇ ਵਿੱਚ ਆਹ ਹੈ। ਮੈਂ ਅਸੀਂ ਵੀ ਤੁਹਾਡੇ ਦਫ਼ਤਰ ਦਾ ਮਾਹੌਲ ਦੇਖਿਆ ਜਿਸ ਤਰ੍ਹਾਂ ਲੋਕ ਆ ਰਹੇ ਆ ਅਤੇ ਆਪਣੀਆਂ ਜੋ ਕੰਪਲੇਂਟਸ ਹੈ ਉਹ ਤੁਹਾਨੂੰ ਤੱਕ ਪਹੁੰਚਾ ਰਹੇ ਆ ਅਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਹਰੇਕ ਦਾ ਹੱਲ ਹੋਵੇ। ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਕਿ ਬਹੁਤ ਛੋਟੀ ਸਮੱਸਿਆ ਹੁੰਦੀ ਜੋ ਤੁਹਾਡੇ ਲੈਵਲ ਦੀ ਨਹੀਂ ਹੁੰਦੀ, ਜਦੋਂ ਉਸ ਤਰ੍ਹਾਂ ਲੋਕ ਆਉਂਦੇ ਆ ਅਤੇ ਇੱਕ ਉਹ ਜਾਣਗੇ ਕਿੱਥੇ ਜੀ? ਜੀ ਜਾਣ ਕਿੱਥੇ ਵਿਚਾਰੇ ਉਹ, ਛੋਟੀ ਤੋਂ ਛੋਟੀ ਸਮੱਸਿਆ ਲੈ ਕੇ ਕਿੱਥੇ ਚਲੇ ਜਾਣ? ਉਹ ਜੇਬ ਦੇ ਵਿੱਚ ਪੈਸੇ ਹੈ ਨਹੀਂ, 6-7 ਹਜ਼ਾਰ ਰੁਪਈਆ ਮਜ਼ਦੂਰ ਦੀ ਮਜ਼ਦੂਰੀ, ਮਹੀਨੇ ਦੀ 8,000 ਰੁਪਈਆ ਤਨਖਾਹ, ਅਤੇ ਉਹ ਜੇ ਉਹਨੂੰ 500-700 ਹਜ਼ਾਰ ਵੀ ਕਿਸੇ ਸਰਕਾਰੀ ਬੇਈਮਾਨ ਮੁਲਾਜ਼ਮ ਜਾਂ ਅਫਸਰ ਨੂੰ ਦੇਣਾ ਪੈ ਗਿਆ, ਉਹਦਾ ਤਾਂ ਮਹੀਨੇ ਦਾ ਬਜਟ ਗਿਆ ਨਾ ਜੀ, ਉਹ ਕੌਣ ਸੁਣੂਗਾ?
ਉਹ ਸਾਡਾ ਉਹ ਸਿਸਟਮ ਤਾਂ ਹੈ ਨਹੀਂ ਨਾ ਵੀ ਅਸੀਂ ਲਾਅ ਮੇਕਰ ਬਣ ਗਏ, ਅਸੀਂ ਕਹਿ ਦਈਏ ਲੈਜਿਸਲੇਚਰ ਵੀ ਮੈਂ ਤਾਂ ਲਾਅ ਮੇਕਰ ਹਾਂ, ਮੈਂ ਤਾਂ ਕਾਨੂੰਨ ਨਵਾਂ ਬਣਾਉਣਾ ਜਾਂ ਬਣੇ ਹੋਏ ਕਾਨੂੰਨ ਦੇ ਵਿੱਚ ਸੋਧ ਕਰਨੀ ਹੈ। ਉਹ ਹਜੇ ਤੱਕ ਇੰਡੀਆ ਲੈਵਲ ਦੇ ਉੱਤੇ ਅਸੀਂ ਉਸ ਪੱਧਰ 'ਤੇ ਨਹੀਂ ਪਹੁੰਚੇ ਜੀ, ਲੈਜਿਸਲੇਚਰ ਦਾ ਕੰਮ ਨਹੀਂ ਜਿਹੜਾ ਇਹ ਮੈਂ ਕਰ ਰਿਹਾ, ਪਰ ਇਹ ਕਰੂਗਾ ਕੌਣ? ਮੈਂ ਸਭ ਆਪਣੀ ਗੱਲਬਾਤ ਇਸੇ ਤਰ੍ਹਾਂ ਅੱਗੋਂ ਵੀ ਜਾਰੀ ਰਹੇਗੀ। ਹੁਣ ਵਕਤ ਹੋ ਗਿਆ ਇੱਕ ਹੋਰ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ। ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ, ਭਾਗ ਲੈਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ। ਜੇ ਇੰਨੇ ਸਾਲਾਂ 'ਚ ਟੀਵੀ ਸੈੱਟ ਬਦਲ ਸਕਦਾ ਹੈ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ? ਹੁਣ ਪ੍ਰਾਈਮ ਏਸ਼ੀਆ ਟੀਵੀ ਲੈ ਕੇ ਆਇਆ ਉਹ ਚੇਂਜ। ਮੈਂ ਹਾਂ ਜੁਗਰਾਜਦੀਪ ਸਿੰਘ। ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਹਾਂ ਨਿਰਪੱਖਤਾ ਨਾਲ, ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ 'ਤੇ ਬਾਜ਼ ਨਜ਼ਰ। ਅਤੇ ਮੈਂ ਹਾਂ ਜਤਿੰਦਰ ਪੰਨੂ। ਮੁੱਦੇ ਜਾਂ ਘਟਨਾਵਾਂ, ਧਾਰਮਿਕ ਜਾਂ ਇਤਿਹਾਸਿਕ, ਖੋਲਣ ਦਾ ਕੰਮ ਸਾਡਾ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ। ਤੇ ਮੈਂ ਹਾਂ ਹਰਮਨਥਨ। ਤੇ ਤਵਾ ਜਿਵੇਂ ਅਸੀਂ ਲਾਉਨੇ ਆ, ਕੋਈ ਨਹੀਂ ਲਾਉਂਦਾ। ਮੈਂ ਪ੍ਰਿਥੀਪਾਲ ਸਿੰਘ ਸੋਹੀ। ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਬਸਰਾ। ਲਾਈਟਸ, ਕੈਮਰਾ, ਐਕਸ਼ਨ, ਐਂਟਰਟੇਨਮੈਂਟ ਬਿਯੋਂਡ ਇਮੇਜਿਨੇਸ਼ਨ। ਮੈਂ ਰੂਪ ਕੌਰ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੀ ਰਾਜ਼, ਕਿਉਂਕਿ ਟੈਨਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀ ਚਾਹੀਦਾ ਹਜ਼ੂਰ। ਮੈਂ ਹਾਂ ਸਵਰਨ ਸਿੰਘ ਟੈਣਾ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ। ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ, ਇਤਿਹਾਸ ਤੇ ਸੱਭਿਆਚਾਰ ਦੇ ਰੰਗ। ਮੈਂ ਹਾਂ ਅਵਨੀਤ ਸਿੰਘ ਤੇਜਾ। ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ, ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ। ਮੇਰਾ ਨਾਮ ਤੂਬਾ ਅੰਜੁਮ ਹਾਸ਼ਮੀ। ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਾਤ ਕੀ, ਹਿੰਦੁਸਤਾਨ ਔਰ ਪਾਕਿਸਤਾਨ ਕੀ, ਇਨ ਪ੍ਰਾਈਮ ਪਾਕਿਸਤਾਨ। ਮੈਂ ਦਵਿੰਦਰ ਸਿੰਘ ਬੈਨੀਪਾਲ। ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਹਾਂ ਆਪਣੇ ਮਹਿਮਾਨਾਂ ਅੱਗੇ। ਅਸੀਂ ਦਿੰਦੇ ਹਾਂ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼। ਮਿਹਨਤ ਅਦਾਕਾਰਾਂ ਦੀ, ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ, ਕਰੋੜਾਂ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ, ਦੱਸਾਂਗੀ ਮੈਂ ਕੁਸੁਮ ਪ੍ਰਾਈਮ ਰਿਵਿਊ ਵਿੱਚ। ਮੈਂ ਸਪਨ ਮੰਚਨ ਦਾ। ਖਬਰਾਂ ਦੀ ਵਧਾਵਾਂਗੇ ਰਫਤਾਰ, ਫਿਲਮ ਇੰਡਸਟਰੀ ਦੀ ਵੀ ਲਵਾਂਗੇ ਸਾਰ, ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ, ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ। ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਏ ਨੇ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ। ਪ੍ਰਾਈਮ ਏਸ਼ੀਆ ਟੀਵੀ ਤੁਹਾਡੇ ਸਹਿਯੋਗ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ। ਗੱਲਬਾਤ ਜਾਰੀ ਹੈ ਬੈਂਸ ਭਰਾਵਾਂ ਦੇ ਵਿੱਚੋਂ ਸਿਮਰਜੀਤ ਸਿੰਘ ਬੈਂਸ ਦੇ ਨਾਲ, ਜਿਹੜੇ ਕਿਉਂਕਿ ਬਾਕੀ ਖਿੱਤਿਆਂ ਦੇ ਤੁਸੀਂ ਲੁਧਿਆਣੇ ਦੇ ਵਿੱਚ ਬੈਠੇ ਹੋਏ ਹੋ ਜਿੱਥੇ ਲੋਕਾਂ ਨੇ ਤੁਹਾਡੀ ਵਰਕਿੰਗ ਬਾਕੀ ਜਗ੍ਹਾ 'ਤੇ ਨਹੀਂ ਦੇਖੀ ਹੋਈ, ਉਹਨਾਂ ਨਾਲ ਸਾਂਝੇ ਕਰੋ ਆਪਣੇ ਉਹ ਐਕਸਪੀਰੀਅੰਸ। ਕਿਵੇਂ ਤੁਸੀਂ ਸ਼ੁਰੂ ਕੀਤਾ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦਾ, ਆਈਡੀਆ ਕਿੱਥੋਂ ਆਇਆ, ਉਸ ਤੋਂ ਬਾਅਦ ਲੋਕਾਂ ਦਾ ਰਿਸਪੋਂਸ ਕੀ ਸੀਗਾ? ਇਹ ਨਾ ਇੱਕ ਇਹ ਕਹਾਂਗੇ ਚਰਬੀ ਦਾ ਦੀਵਾ ਜਗਾ ਕੇ ਹੋ ਸਕਦਾ, ਅਦਰਵਾਈਜ਼ ਨਾਮੁਮਕਿਨ ਆ। ਆਪਣੇ ਪਰਿਵਾਰ ਦੇ ਸੁੱਖ ਚੈਨ ਛੱਡ ਕੇ ਆਪਣੀ ਪੋਕਟ ਦੇ ਵਿੱਚੋਂ, ਮੇਰਾ ਖਿਆਲ ਇੱਕ MLA ਨੂੰ 2.5 ਲੱਖ ਰੁਪਈਆ ਹਰ ਮਹੀਨੇ ਪੈ ਜਾਂਦਾ ਜੀ, ਅਤੇ ਅਸੀਂ ਦੋ ਜਣੇ ਹਾਂ, 5 ਲੱਖ ਰੁਪਈਏ ਦੇ ਕਰੀਬ ਉਹ ਖਾਲਸਾ ਜੀ ਬੈਠੇ ਸੀ ਇੱਥੇ। ਮੇਰਾ ਅਕਾਊਂਟ ਦੇਖਦੇ ਆ, ਮੇਰੇ ਅਸਿਸਟੈਂਟ ਨੇ ਮੇਰੇ ਨੂੰ ਬਹੁਤ ਅਸਿਸਟ ਕਰਦੇ ਆ, ਅਤੇ ਉਹ ਮਹੀਨੇ ਬਾਅਦ ਉਹ 5 ਲੱਖ ਰੁਪਈਆ ਓਵਰ ਡਰਾਫਟਿੰਗ ਹੁੰਦਾ, ਮੈਨੂੰ ਕਹਿੰਦਾ ਵੀ 2 ਲੱਖ ਹੋਰ ਦੇ ਇਸ ਮਹੀਨੇ, 3 ਲੱਖ ਹੋਰ ਚਾਹੀਦਾ ਜੀ। ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ, ਮੰਦਰ ਦੇ ਉੱਤੇ ਗੁਰਦੁਆਰੇ ਉੱਤੇ ਸੋਨਾ ਚੜ੍ਹਾ ਦੇਣਾ, ਜਾ ਕੇ ਸਾਗਵਾਨ ਜਾਂ ਸੰਗਮਰਮਰ ਦੇ ਦੇਣਾ, ਉਹਦੇ ਨਾਲੋਂ ਵਧੀਆ ਕਿ ਤੁਸੀਂ ਕਿਸੇ ਲੋੜਵੰਦ ਦੀ ਮਦਦ ਬਣ ਜਾਓ, ਉਹ ਗੁਰੂ ਕਰਾ ਰਿਹਾ। ਸੋ ਇਹ ਕੰਸੈਪਟ ਮੈਂ ਤਾਂ ਇਹ ਕਹਾਂਗੀ ਅਸੀਂ ਓਨੇ ਡਿਵੈਲਪ ਨਹੀਂ ਹੈਗਾ, ਸਾਡਾ ਸਿਸਟਮ ਓਨਾ ਡਿਵੈਲਪ ਨਹੀਂ ਗਾ। ਇਹ ਸਿਸਟਮ ਹਰ ਅਸੈਂਬਲੀ ਹਲਕੇ ਦੇ ਵਿੱਚ MLA ਨੂੰ ਅਡੋਪਟ ਕਰਨਾ ਚਾਹੀਦਾ। ਆ ਜਿਹੜਾ ਸੁਵਿਧਾ ਸੇਵਾ ਦਾ ਕੇਂਦਰ ਚੱਲ ਰਿਹਾ ਨਾ ਜੀ, ਹਰ MLA ਹਰ ਕੰਸਟੀਚੁਐਂਸੀ ਦੀ ਜ਼ਰੂਰਤ ਆ, ਤਾਂ ਕਿ ਜਿਹੜੀ ਬੇਈਮਾਨ ਬਿਊਰੋਕਰੇਸੀ ਹੈ ਨਾ ਉਹਨੂੰ ਇੱਕ ਡਰ ਹੈ ਜੀ, ਉਹਨੂੰ ਇੱਕ ਡਰ ਆ ਵੀ ਬੈਠਾ ਉੱਤੇ ਵੀ
ਤੁਹਾਡਾ ਜ਼ਰੀਆ ਹੈਗਾ ਨਾ, ਜਦੋਂ ਕੋਈ ਬੇਈਮਾਨ ਅਫਸਰ ਮੇਰੇ ਅੜਕੇ ਚੜ੍ਹ ਜਾਂਦਾ ਤੁਹਾਨੂੰ ਨਾਲ ਲੈ ਕੇ ਜਾਂਦਾ ਸਾਰਿਆਂ ਨੂੰ, ਵੀ ਆ ਜਾਓ ਵੀ ਮੈਂ ਫੜ ਲਿਆ ਬੇਈਮਾਨ ਜੀ। ਇੱਕ ਡਰ ਦੀ ਭਾਵਨਾ ਤਾਂ ਨਾ ਬੇਈਮਾਨਾਂ ਦੇ ਮਨ ਦੇ ਅੰਦਰ ਚਾਹੀਦੀ ਹੈ, ਜੇ ਲੋਕਾਂ ਦੇ ਕੰਮ ਤੁਸੀਂ ਬਿਨਾਂ ਖੱਜਲ ਖੁਆਰੀ ਬਿਨਾਂ ਪੈਸਿਆਂ ਤੋਂ ਕਰਾਉਣੇ ਆ, ਸੋ ਕਨਸੈਪਟ ਆ ਇਹ। ਕਿੰਨੇ ਸਾਲ ਤੋਂ ਚਲਾ ਰਹੇ ਹੋ ਇਸ ਨੂੰ? ਮੈਂ ਪਹਿਲੀ ਵਾਰੀ 2002 ਦੇ ਵਿੱਚ ਕੌਂਸਲਰ ਬਣਿਆ ਸੀ ਜੀ। 2002 ਤੋਂ ਪਹਿਲਾਂ ਬੈਂਸ ਸਾਹਿਬ ਵੱਡੇ ਬੈਂਸ ਸਾਹਿਬ ਚਲਾਉਂਦੇ ਸੀ, ਬਟ 2002 ਦੇ ਵਿੱਚ ਕਨਸੈਪਟ ਚੇਂਜ ਹੋ ਕੇ 2002 ਤੋਂ ਗੁਰੂ ਸਾਹਿਬ ਦੀ ਕਿਰਪਾ ਬਹੁਤ ਵਧੀਆ ਲੋਕਾਂ ਦੀ ਸੇਵਾ ਕਰ ਰਹੇ। 14 ਸਾਲ ਹੋ ਗਏ ਤੁਹਾਨੂੰ ਆਪਣਾ ਇਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਕਰਦਿਆਂ ਹੋਇਆਂ, ਹੁਣ ਕਿਉਂਕਿ ਜੋ ਵੀ ਨਤੀਜੇ ਆਉਂਦੇ ਆ ਵਿਧਾਨ ਸਭਾ ਚੋਣਾਂ 'ਤੇ, ਕੀ ਬੈਂਸ ਹੋਣਾ ਸਿਮਰਜੀਤ ਬੈਂਸ ਦੀ ਇਹ ਪ੍ਰਾਇਓਰਟੀ ਰਹੇਗੀ ਕਿ ਜਿੰਨੇ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪਣੇ, ਕਿ ਉਹਨਾਂ ਤੱਕ ਇਹ ਮੈਸੇਜ ਕਨਵੇ ਕੀਤਾ ਜਾਵੇ, ਉਹਨਾਂ ਨੂੰ ਦਿਖਾਇਆ ਜਾਵੇ ਕਿ ਕਿਵੇਂ ਲੋਕਾਂ ਨੂੰ? ਮੇਰੇ ਮਨ ਦੀ ਗੱਲ ਤੁਸੀਂ ਕਹਿਤੀ ਜੀ, ਮੇਰੇ ਮਨ ਦੀ ਗੱਲ ਕਹਿਤੀ। ਜਿੰਨੇ ਨਵੇਂ ਲੈਜਿਸਲੇਚਰ ਬਣ ਕੇ ਆਉਣਗੇ ਉਹਨਾਂ ਨੂੰ ਕਨਸੈਪਟ ਵੀ ਦੱਸੂੰਗਾ, ਉਹਨਾਂ ਨੂੰ ਕੌਂਸਲਿੰਗ ਵੀ ਦਊਂਗਾ, ਕਿਉਂਕਿ ਮੇਰੇ ਕੋਲ ਇੱਕ ਐਕਸਪੀਰੀਅੰਸ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਸ਼ੇਅਰ ਜ਼ਰੂਰ ਕਰੂੰ ਵੀ ਜੇ ਪੰਜਾਬ ਦੇ ਪੁੱਤ ਬਣ ਕੇ ਰਹੋਗੇ ਨਾ, ਲੋਕਾਂ ਦੇ ਪੁੱਤ ਬਣ ਕੇ ਰਹੋਗੇ, ਕੁਰਸੀ ਦੇ ਪੁੱਤ ਨਹੀਂ ਬਣੋਗੇ, ਧੰਦਾ ਕੁਰਸੀ ਨਾਲ ਨਹੀਂ ਕਰੋਗੇ, ਫਿਰ ਲੋਕ ਤੁਹਾਨੂੰ ਅੱਖਾਂ ਪਲਕਾਂ 'ਤੇ ਬਿਠਾ ਕੇ ਪਿਆਰ ਦੇਣਗੇ। ਇਹ ਜ਼ਰੂਰ ਲਾਗੂ ਕਰਾਂਗੇ ਕਨਸੈਪਟ। ਹੋਰ, ਕਿਉਂਕਿ ਇਸ ਪੰਜਾਬ ਖੇਤੀ ਪ੍ਰਧਾਨ ਸੂਬਾ, ਪਰ ਸਨਅਤ ਬਹੁਤ ਜ਼ਰੂਰੀ ਹੁੰਦੀ ਹੈ, ਰੀੜ੍ਹ ਦੀ ਹੱਡੀ ਹੁੰਦੀ ਹੈ ਆਰਥਿਕਤਾ ਦੀ। ਲੁਧਿਆਣੇ ਦੇ ਵਿੱਚ ਸਨਅਤ ਦੀ ਸਥਿਤੀ ਇਸ ਵਕਤ ਕਿਸ ਤਰ੍ਹਾਂ ਦੀ ਹੈ? ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੋਈ ਨਾ, ਮੈਂ ਸਭ ਤੋਂ ਪਹਿਲੀ ਮੰਗ ਜਿਹੜੀ ਸੀ ਉਹ ਲੁਧਿਆਣਾ ਵਾਸਤੇ ਰੱਖੀ, ਮਾਨਚੈਸਟਰ ਆਫ ਹਿੰਦੁਸਤਾਨ, ਇੰਡੀਆ ਦਾ ਮਾਨਚੈਸਟਰ ਆ ਇਹ ਜੀ, ਅਤੇ ਬਾਦਲਾਂ ਦੀ ਬੇਈਮਾਨੀ ਨਲੈਕੀ ਕਾਰਨ, ਮੈਂ ਵੀ ਕਹਾਂਗੀ ਡਿਊ ਟੂ ਅਸ ਬੈਂਸ ਬ੍ਰਦਰ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ, ਸਾਡੀ ਇੰਡਸਟਰੀ ਤਬਾਹ ਹੋਣ ਦੇ ਕੰਢੇ 'ਤੇ ਲੈ ਗਏ, ਸਾਡਾ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਆ ਉਹ ਖੜੋਤ ਦੇ ਵਿੱਚ ਆ ਗਿਆ ਜੀ। ਅਤੇ ਮੈਂ ਸਪੈਸ਼ਲ ਪੈਕੇਜ ਆਫਟਰ ਗਵਰਨਮੈਂਟ ਫਾਰ ਲੁਧਿਆਣਾ, ਇਹ ਉਹਨਾਂ ਕੋਲੋਂ ਅਨਾਊਂਸ ਕਰਵਾਇਆ ਜੀ ਉੱਥੇ ਲੁਧਿਆਣਾ ਵਾਸਤੇ ਜੀ, ਕਿ ਇਹ ਮਾਨਚੈਸਟਰ ਦਾ, ਇੱਥੇ ਕੁੱਲ ਦੁਨੀਆ ਦੇ ਵਿੱਚੋਂ ਵਪਾਰੀ ਆਉਂਦੇ ਆ, ਅਤੇ ਇਹਦੀ ਡਿਵੈਲਪਮੈਂਟ ਨੂੰ ਕੇਂਦਰਿਤ ਕਰਨਾ ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਰਿਸਪੋਂਸੀਬਿਲਟੀ ਹੈ। ਬਹੁਤ ਵੱਡਾ ਹੈ ਸਾਡਾ ਇਕਾਨਮੀਕਲ ਹੱਬ ਆ, ਜਿੱਥੋਂ ਸਭ ਤੋਂ ਵੱਡਾ ਰੈਵਨਿਊ ਜਨਰੇਟ ਹੁੰਦਾ। ਬਿਲਕੁਲ ਸਹੀ। ਹੁਣ ਗੱਲ ਕਰਦੇ ਹਾਂ ਡਰੱਗਸ ਦੇ ਮੁੱਦੇ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਮੇਰੀ ਗੱਲ ਹੋ ਰਹੀ ਸੀ ਕਿ ਸਰਵਨ ਸਿੰਘ ਫਲੌਰ ਹੋਣਾ ਨਾਲ, ਜੋ ਕਿ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਿਆ, ਨੈਤਿਕਤਾ ਦੇ ਆਧਾਰ 'ਤੇ ਕਹਿੰਦੇ ਮੈਂ ਅਸਤੀਫਾ ਦੇ ਦਿੱਤਾ ਸੀ, ਦੂਜੇ ਪਾਸੇ ਨਾ ਬਿਕਰਮ ਮਜੀਠੀਆ ਦਾ ਵੀ ਲੱਗਿਆ, ਉਹਨਾਂ ਉਹ ਕਹਿੰਦੇ ਕਿ ਮੇਰਾ ਰੱਬ ਜਾਣਦਾ ਕਿ ਮੈਂ ਅਜਿਹਾ ਕੁਛ ਨਹੀਂ ਕੀਤਾ। ਉਹੀ ਬਿਕਰਮ ਮਜੀਠੀਆ, ਉਹੀ ਬਿਕਰਮ ਮਜੀਠੀਆ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਜੀ ਕਲੀਨ ਚਿੱਟ ਦਿੰਦੇ ਸੀ ਵਿਧਾਨ ਸਭਾ ਦੇ ਅੰਦਰ, ਕਾਂਗਰਸ ਪਾਰਟੀ ਦੇ ਲੈਜਿਸਲੇਚਰ ਲੈ ਕੇ ਆਏ ਰੈਜ਼ੋਲੂਸ਼ਨ, ਕਿ ਇਹਦੀ ਮਤਾ ਲੈ ਕੇ ਆਏ ਕਿ ਇਹਦੀ CBI ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਦੇ ਦਿੱਤਾ ਵੀ ਕੋਈ CBI ਜਾਂਚ ਦੀ ਜ਼ਰੂਰਤ ਨਹੀਂ ਜੀ, ਅਤੇ ਉਹੀ ਨੈਤਿਕਤਾ ਦਾ ਫੰਡਾ ਬਿਕਰਮ ਮਜੀਠੀਆ 'ਤੇ ਲਾਗੂ ਨਹੀਂ ਸੀ ਹੁੰਦਾ, ਸਰਵਨ ਫਲੌਰ 'ਤੇ, ਅਵਿਨਾਸ਼ ਚੰਦਰ 'ਤੇ ਲਾਗੂ ਹੋ ਗਿਆ। ਮੈਂ ਇਹ ਜੋ ਗੱਲ ਜ਼ਰੂਰ ਕਹਾਂਗਾ ਕਿ ਉਹ ਸਕਰੈਪ, ਕੈਪਟਨ ਅਮਰਿੰਦਰ ਸਿੰਘ ਸਕਰੈਪ ਇਕੱਠੀ ਕਰਨ ਲੱਗਿਆ ਹੋਇਆ ਜੀ, ਜਿਹੜੇ ਲੋਕ ਸਕਰੈਪ ਨੇ, ਲੋਕਾਂ ਨੇ ਦਾਗਦਾਰ ਦਾਮਨ ਵਾਲੇ ਲੋਕ ਆ ਉਹ ਕਾਂਗਰਸ ਵੱਲ ਜਾ ਰਹੇ ਆ, ਅਤੇ ਜਿਹੜੇ ਲੋਕਾਂ ਦੇ ਵਾਚਮੈਨ ਆ, ਜਿਹੜੇ ਕ੍ਰੈਡੇਬਲ ਨੇ, ਉਹ ਪੰਜਾਬ ਦੇ ਪੁੱਤ ਬਣ ਕੇ ਇੱਕ ਪਲੇਟਫਾਰਮ 'ਤੇ ਆ ਰਹੇ। ਅਕਾਲੀ ਦਲ ਨੇ ਜਿਸ ਤਰ੍ਹਾਂ ਦੀਆਂ ਟਿਕਟਾਂ ਦਿੱਤੀਆਂ ਉਸ ਉੱਪਰ ਵੀ ਬਹੁਤ ਸਾਰਾ ਵਿਰੋਧ ਹੋ ਰਿਹਾ, ਆਮ ਆਦਮੀ ਪਾਰਟੀ ਜਿੰਨੀਆਂ ਟਿਕਟਾਂ ਦਿੱਤੀਆਂ ਉੱਥੇ ਵੀ ਬਹੁਤ ਸਾਰੇ ਜਗ੍ਹਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਇਸੇ ਤਰ੍ਹਾਂ ਹੀ ਕਾਂਗਰਸ ਦੇ ਵਿੱਚ ਜੋ ਲੋਕ ਜਾ ਰਹੇ ਨੇ ਕਾਂਗਰਸ ਵਿੱਚ ਵੀ ਵਿਰੋਧ ਹੋ ਰਿਹਾ, ਸਥਿਤੀ ਜਿਸ ਤਰ੍ਹਾਂ ਬਣੀ ਹੋਈ ਹੈ ਇੱਕ ਖਿਚੜੀ ਜੀ ਬਣਦੀ ਨਜ਼ਰ ਆ ਰਹੀ ਹੈ। ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਇਲੈਕਸ਼ਨ ਕੋਡ ਅਨਾਊਂਸ ਹੋ ਜਾਣ ਦਿਓ ਜੀ, ਤੁਸੀਂ ਪੰਜਾਬ ਦੇ ਅੰਦਰ ਇੱਕ ਤਬਦੀਲੀ, ਕ੍ਰਾਂਤੀ ਦਾ ਤੂਫਾਨ ਚੱਲਦਾ ਦੇਖੋਗੇ। ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ, ਬਟ ਮੈਂ ਅਬਜ਼ਰਵ ਕਰ ਰਿਹਾ, ਮੈਂ ਉਸ ਗੱਲ ਨੂੰ ਸਮਝ ਰਿਹਾ ਕਿਉਂਕਿ ਮੈਂ ਸਾਰਾ ਦਿਨ ਲੋਕਾਂ 'ਚ ਰਹਿੰਦਾ। ਤੁਸੀਂ ਇਲੈਕਸ਼ਨ ਕੋਡ ਅਨਾਊਂਸ ਹੋ ਲੈਣ ਦਿਓ, ਤੁਸੀਂ ਇੱਕ ਹਿਸਟੋਰੀਕਲ ਗੱਲ ਹੁੰਦੀ ਪੰਜਾਬ ਦੇ ਅੰਦਰ ਦੇਖੋਗੇ, ਚੋਣ ਕੰਪੇਨ ਜਲਸੇ ਕਰ ਜਾਣਾ ਨਾ, ਇਹ ਲੋਕ ਇਹਨਾਂ ਨੂੰ ਜਲਸੇ ਨਹੀਂ ਕਰਨ ਦੇਣਗੇ। ਜੈਸਾ ਇਹਨਾਂ ਨੇ ਪੰਜਾਬ ਦਾ, ਦੋਨਾਂ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਸੱਤਿਆਨਾਸ਼ 'ਤੇ ਬਿੜਾ ਗਰਕ ਕੀਤਾ। ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਉਹਨਾਂ ਵੱਲੋਂ ਵਿਕਾਸ ਦਾ ਇੱਕ ਮਾਡਲ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਕਿ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਆ, ਬਹੁਤ ਸਾਰੀਆਂ ਤਸਵੀਰਾਂ ਰੋਜ਼ ਲੋਕ ਦੇਖਦੇ ਆ, ਉਹਨੂੰ ਫਿਰ ਕਿਵੇਂ ਦੇਖਦੇ ਹੋ ਤੁਸੀਂ? ਸੁਖਬੀਰ ਬਾਦਲ ਤਾਂ ਮੇਰਾ ਖਿਆਲ ਭਗਵੰਤ ਮਾਨ ਜੀ ਹੋਰਾਂ ਨੇ ਰੁੰਡ ਗਲੋਟੇ ਖਾਣ ਲਾ ਤੀ, ਉਹ ਕੋਈ ਬਗਲਾ ਡਾਈ ਮਾਰ ਰਿਹਾ ਸੀ ਛੱਪੜ ਦੇ ਵਿੱਚ, ਉਹਨੇ ਮੱਛੀ ਚੱਕੀ, ਇੱਦਾਂ ਡਾਈ ਮਾਰੀ, ਮੱਛੀ ਚੱਕੀ ਅਤੇ ਮੱਛੀ ਚੱਕ ਕੇ ਇੱਦਾਂ ਹੋ ਗਿਆ।
ਪਿੱਛੇ ਇੱਕ ਕਾਂ ਦੇਖ ਰਿਹਾ ਸੀ ਉਹਨੂੰ, ਕਹਿੰਦਾ ਯਾਰ ਇਹਦਾ ਤਰੀਕਾ ਹੀ ਬੜਾ ਵਧੀਆ, ਮੈਂ ਵੀ ਗੰਦ 'ਚ ਠੂੰਗੇ ਮਾਰ ਕੇ ਛੋਟੇ ਛੋਟੇ ਕੀੜੇ ਲੱਭ ਰਿਹਾ, ਅਤੇ ਉਹਨੇ ਉਹ ਬਗਲੇ ਨੂੰ ਦੇਖ ਕੇ ਕਾਂ ਨੇ ਵੀ ਇੱਦਾਂ ਹੀ ਸਿੱਧੀ ਉਡਾਈ ਮਾਰੀ, ਅਤੇ ਉਹਦਾ ਜਿਹੜਾ ਮੂੰਹ ਸੀ ਉਹ ਸਾਰਾ ਹੀ ਗਾਰੇ ਦੇ ਵਿੱਚ ਧੁੱਸ ਗਿਆ, ਅਤੇ ਪਿੱਛੇ ਜਿਹੜੀ ਰੌਂਡਾ ਉਹਦੀ ਗਲੋਟੇ ਖਾ ਰਹੀ ਹੈ। ਕੋਈ ਤੁਹਾਡੇ ਵਰਗਾ ਸਿਆਣਾ ਸੱਜਣ ਕੋਲ ਦੀ ਲੰਘਿਆ ਅਤੇ ਉਹ ਕਹਿੰਦਾ ਵੀ ਕਾਂ ਨੂੰ ਕਹਿੰਦਾ ਨੌਨੇ ਨੌਨੇ ਕਰਤ ਖਾਤ ਕਿੰਨੇ ਗੈਲ ਬਤਾਈ, ਮੁੰਡ ਗਵਰਮੇ ਘੁੱਸ ਗਈ ਔਰ ਰੁੰਡ ਗਲੋਟੇ ਖਾਈ। ਸੁਖਬੀਰ ਬਾਦਲ ਤਾਂ ਰੁੰਡ ਆਪਦੀ ਗਲੋਟੇ ਖਾਣ ਲੱਗੀ ਹੋਈ ਹੈ। ਤੁਸੀਂ ਦੇਖਦੇ ਜਾਓ, ਮੈਂ ਤੁਹਾਨੂੰ ਕਹਿ ਕੇ ਹਟਾਂ ਨਾ ਵੀ ਤੁਸੀਂ ਇਲੈਕਸ਼ਨ ਕੋਡ ਅਨਾਊਂਸ ਹੋ ਜਾਣ ਦਿਓ। ਸੁਖਬੀਰ ਬਾਦਲ ਜੇ ਕਮਾਂਡਰ ਕਹਿੰਦਾ ਨਾ ਆਪਣੇ ਆਪ ਨੂੰ, ਕਹਿੰਦਾ ਕਿ ਮੈਂ ਭੱਜੇ ਨਾ ਉੱਥੋਂ। ਇਹ ਸਨ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ। ਅਸੀਂ ਉਹਨਾਂ ਨੂੰ ਹਰੇਕ ਉਹ ਸਵਾਲ ਪੁੱਛਿਆ ਜੋ ਪੁੱਛਿਆ ਜਾ ਸਕਦਾ ਸੀ, ਜੋ ਸਾਡੇ ਦਰਸ਼ਕ ਸੋਚਦੇ ਸਨ, ਜੋ ਸਵਾਲ ਸਾਡੇ ਦਰਸ਼ਕਾਂ ਦੇ ਮਨਾਂ ਵਿੱਚ ਸਨ, ਬਾਖੂਬੀ ਉਹਦੇ ਜਵਾਬ ਦਿੱਤੇ ਸਿਮਰਜੀਤ ਸਿੰਘ ਬੈਂਸ ਨੇ। ਹੁਣ ਫੈਸਲਾ ਤੁਹਾਡੇ ਹੱਥ, ਕਿਉਂਕਿ ਪ੍ਰਾਈਮ ਏਸ਼ੀਆ ਟੀ ਵੀ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਉਮੀਦਵਾਰ ਦਾ ਨਾ ਤਾਂ ਸਮਰਥਨ ਕਰਦਾ ਨਾ ਹੀ ਵਿਰੋਧ। ਫੈਸਲਾ ਅਸੀਂ ਤੁਹਾਡੇ ਹੱਥ ਵਿੱਚ ਦੇ ਦਿੰਦੇ ਹਾਂ। ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਸ਼ੁਕਰੀਆ। ਤਾਂ ਉਹ ਗੱਲਾਂ ਕਰੂਗੀ ਜਿਹਦਾ ਕਦੇ ਸੋਚਿਆ ਹੀ ਨਹੀਂ। ਦਿੱਲੀ ਅੱਜ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਕਰਦੀ ਹੈ। ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਕਿ ਟਿਕਟਾਂ ਵੇਚਦੇ ਆ, ਕਰੋੜਾਂ ਰੁਪਏ ਇਕੱਠੇ ਕਰਦੇ ਆ। ਸਤਿਆਜੀਤ ਸਿੰਘ ਮਜੀਠਾ ਮੈਂ ਅਸੀਂ ਇਕੱਠੇ ਪੜ੍ਹਦੇ ਸੀ, ਔਰ ਆਹ ਜਿਹੜਾ ਬਾਂਦਰ ਜਿਹਾ ਹੈ ਪਤਾ ਨਹੀਂ ਕਿੱਧਰ ਜੰਮਿਆ ਹੈ। ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ, ਤੋ ਬਾਂਦਰ ਨੂੰ ਬਾਂਦਰ ਨਾ ਕਹਾਂ ਤਾਂ ਮੈਂ ਕੀ ਕਹਾਂ। 6 ਮਹੀਨੇ ਰਹਿ ਗਏ ਉਨਕੀ ਸਰਕਾਰ ਕੋ, 6